ਦੇ ਵਿੱਚ ਅੱਜ ਈਦ ਉਲ ਜੁਹਾ ਦਾ ਤਿਉਹਾਰ ਮਨਾਇਆ ਗਿਆ, ਜਿਸ ਦੇ ਚਲਦਿਆਂ ਲੁਧਿਆਣੇ ਦੀ ਜਾਮਾ ਮਸਜਿਦ ਦੇ ਵਿੱਚ ਵੀ ਵੱਡੀ ਗਿਣਤੀ 'ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਕੱਠੇ ਹੋ ਕੇ ਨਮਾਜ਼ ਅਦਾ ਕੀਤੀ। ਜਾਮਾ ਮਸਜਿਦ ਦੇ ਨਾਇਬ ਇਮਾਮ ਮੌਲਾਨਾ ਉਸਮਾਨ ਰਹਿਮਾਨ ਸਾਨੀ ਨੇ ਕਿਹਾ ਕਿ ਬਕਰੀਦ ਕੁਰਬਾਨੀ ਦਾ ਤਿਉਹਾਰ ਹੈ ਅਤੇ ਇਹ ਸਾਨੂੰ ਆਪਣੇ ਦੇਸ਼ ਅਤੇ ਆਪਣੀ ਕੌਮ ਦੇ ਲਈ ਕੁਰਬਾਨੀ ਦੇਣ ਨੂੰ ਪ੍ਰੇਰਿਤ ਕਰਦਾ ਹੈ। ਅੱਜ ਮੈਂ ਲੁਧਿਆਣਾ ਜਾਮਾ ਮਸਜਿਦ ਤੋਂ ਈਦ ਉਲ ਜ਼ੁਹਾ ਦੇ ਮੌਕੇ 'ਤੇ ਸਮੂਹ ਪੰਜਾਬੀ ਭਾਈਚਾਰੇ ਨੂੰ, ਸਮੂਹ ਦੇਸ਼ ਵਾਸੀਆਂ ਨੂੰ ਈਦ ਦੀ ਮੁਬਾਰਕਬਾਦ ਦੇਣਾ ਚਾਹੁੰਦਾ। ਅੱਜ ਈਦ ਉਲ ਜ਼ੁਹਾ ਦਾ ਦਿਨ ਹੈ ਜਿਹਨੂੰ ਆਮ ਜ਼ੁਬਾਨ 'ਚ ਅਸੀਂ ਲੋਕ ਬਕਰਾ ਈਦ ਦਾ ਦਿਨ ਕਹਿੰਦੇ ਹਾਂ। ਹਜ਼ਰਤ ਇਬਰਾਹੀਮ ਦੀ ਯਾਦ ਦੇ ਵਿੱਚ ਅੱਜ ਦਾ ਦਿਨ ਜਿਹੜਾ ਹੈ ਮਨਾਇਆ ਜਾਂਦਾ। ਉਹਨਾਂ ਨੇ ਆਪਣਾ ਬੇਟਾ ਜਿਹੜਾ ਹੈ ਅੱਲਾਹ ਦੇ ਰਸਤੇ 'ਚ ਕੁਰਬਾਨੀ ਦੇਣ ਦੇ ਲਈ ਉਹਨੂੰ ਤਿਆਰ ਹੋ ਗਏ ਸੀ, ਉਹਨਾਂ ਦੀ ਯਾਦ 'ਚ ਅੱਜ ਦਾ ਦਿਨ ਅਸੀਂ ਮਨਾਉਂਦੇ ਹਾਂ। ਈਦ ਦਾ ਮਕਸਦ ਇਹ ਹੈ ਕਿ ਅਸੀਂ ਆਪਣੀ ਨੇਕੀਆਂ ਦੇ ਵੱਲ ਤੁਰੀਏ, ਬੁਰਾਈਆਂ ਨੂੰ ਛੱਡਣ ਦੇ ਲਈ ਉਹਨਾਂ ਨੂੰ ਕੁਰਬਾਨ ਕਰੀਏ ਕਿ ਵੀ ਅਸੀਂ ਕੋਈ ਗਲਤ ਕੰਮ ਅੱਜ ਤੋਂ ਬਾਅਦ ਨਹੀਂ ਕਰਾਂਗੇ। ਅਸੀਂ ਅੱਜ ਦੇ ਦਿਨ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਕਿ ਜਿਹੜੇ ਰੁੱਸੇ ਹੋਏ ਲੋਕ ਹੋਣ ਉਹਨਾਂ ਨੂੰ ਮਨਾ ਲਿੱਤਾ ਜਾਵੇ, ਭਾਵੇਂ ਉਹ ਸ਼ਰੀਕਿਆਂ ਦੇ ਵਿੱਚ ਹੋਣ, ਔਰ ਪੜੋਸੀਆਂ ਦੇ ਨਾਲ ਸਭ ਤੋਂ ਪਹਿਲਾਂ ਆਪਣੇ ਤਾਲੁਕਾਤ ਜਿਹੜੇ ਆ ਉਹ ਇਸਤਵਾਰ ਕੀਤੇ ਜਾਣ। ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਨੇ ਈਦ ਦੇ ਦਿਨ ਸਾਨੂੰ ਇਹੀ ਪੈਗਾਮ ਦਿੱਤਾ ਹੈ ਕਿ ਆਪਣੀ ਜ਼ਰੂਰਤ ਤੋਂ ਪਹਿਲਾਂ ਆਪਣੇ ਨੇੜੇ ਦੇ ਲੋਕਾਂ ਦੇ ਵਿੱਚ ਜਿਹੜੇ ਲੋਕ ਯਤੀਮ ਨੇ ਜਾਂ ਗਰੀਬ ਨੇ ਜਾਂ ਜ਼ਰੂਰਤਮੰਦ ਨੇ ਉਹਨਾਂ ਦਾ ਧਿਆਨ ਰੱਖਾਂਗੇ, ਤਾਂ ਹੀ ਅਸੀਂ ਅਸਲ ਮਾਨੇ 'ਚ ਈਦ ਮਨਾ ਸਕਦੇ ਹਾਂ। ਇਸ ਵੇਲੇ ਇਕੱਠੇ ਹੋਏ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਵਿੱਚ ਇਸ ਤਿਉਹਾਰ ਨੂੰ ਲੈ ਕੇ ਕਾਫੀ ਉਤਸ਼ਾਹ ਵੇਖਿਆ ਗਿਆ ਤੇ ਇਹਨਾਂ ਲੋਕਾਂ ਨੇ ਇੱਕ ਦੂਜੇ ਦੇ ਗਲੇ ਮਿਲ ਈਦ ਦੀ ਵਧਾਈ ਵੀ ਦਿੱਤੀ। ਲੁਧਿਆਣੇ ਤੋਂ ਵਿਵੇਕ ਟਲ ਦੇ ਨਾਲ ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ। हेलो एवरीवन, माय नेम इज देवा सेठी, आई एम फ्रॉम फगवाड़ा और मैं 25 साल की हूँ। वन ऑफ माय फ्रेंड फ्रॉम जलंधर, उन्होंने मुझे बॉडी फैट के बारे में बताया। सिर्फ 3 महीने यहाँ पे स्पेंड करने के बाद मैंने टोटल वेट लॉस यहाँ पे 16 kg किया है और मेरा इंच लॉस भी 70+ किया है। आई वुड लाइक टू से प्लीज कम हेयर फॉर अ हेल्दी वेट लॉस एंड यू विल सी द रिजल्ट। थैंक यू सो मच।